ਮੈਂ ਘਰ ਆਇਆ ਤਾਂ ਉੱਥੇ ਬਿਲਕੁਲ ਹੀ ਅੱਖ ਦੋਨਾਂ ਅੱਖਾਂ ਦੀ ਰੋਸ਼ਨੀ ਬੰਦ ਹੀ ਹੋ ਗਈ ਸੀਗੀ, ਕੁਛ ਨਜ਼ਰ ਨਹੀਂ ਆਉਂਦਾ ਸੀਗਾ। ਅੱਛਾ, ਹਾਂਜੀ। ਉਸ ਤੋਂ ਬਾਅਦ ਫਿਰ ਮੈਂ ਸ਼ੁਰੂ ਕਰ ਦਿੱਤਾ ਆਪਣਾ ਡਾਕਟਰੀ ਇਲਾਜ ਸ਼ੁਰੂ ਕਰ ਦਿੱਤਾ। ਚੰਡੀਗੜ੍ਹ ਦੇ ਤਕਰੀਬਨ ਸਾਰੇ ਡਾਕਟਰਾਂ ਨੂੰ ਚੈੱਕਅਪ ਕਰਾ ਲਿਆ। ਪਹਿਲਾਂ ਤਾਂ ਡਾਕਟਰ ਕਹਿੰਦੇ ਸੀ ਵਿਜ਼ਨ ਨਹੀਂ ਬਣਦੀ ਹੈਗੀ ਕਿ ਕਿਸੇ ਪਾਸੇ ਆਰਾਮ ਹੈ। ਫਿਰ ਮੈਂ ਇੰਗਲੈਂਡ ਗਿਆ, ਉੱਥੇ ਜਿਹੜੇ ਡਾਕਟਰ ਸੀ ਉਹ ਕਹਿੰਦੇ ਤੇਰੀਆਂ ਅੱਖਾਂ ਦੀ ਰੋਸ਼ਨੀ ਭਾਈ ਰੱਬ ਹੀ ਵਾਪਸ ਲਿਆ ਸਕਦਾ, ਸਾਡੇ ਵਾਸਤੇ ਰੋਗ ਨਹੀਂ ਹੈਗਾ, ਸਾਨੂੰ ਇਸ ਵਿੱਚ ਕੁਛ ਨਹੀਂ ਪਤਾ ਲੱਗ ਰਿਹਾ ਕੀ ਹੋਇਆ ਕੀ ਨਹੀਂ ਹੈ। ਵਾਹਿਗੁਰੂ ਬਾਬਾ ਜੀ, ਅਸੀਂ ਤਾਂ ਸਭ ਪਾਸਿਓਂ ਥੱਕ ਹਾਰ ਚੁੱਕੇ ਹਾਂ। ਤੁਸੀਂ ਫਿਕਰ ਨਾ ਕਰੋ ਭਾਈ ਬੀਬਾ, ਇਹ ਜਿਹੜੀ ਵਿਧੀ ਅਤੇ ਸ਼ਬਦ ਮੈਂ ਤੁਹਾਨੂੰ ਦੱਸਿਆ ਨਾ ਗੁਰਬਾਣੀ 'ਚੋਂ, ਉਹਦਾ ਹਰ ਦਿਨ ਵਿਧੀ ਨਾਲ 2.5 ਘੰਟੇ ਪਾਠ ਕਰਨ ਤੋਂ ਬਾਅਦ ਜਿਹਦੀਆਂ ਵੀ ਅੱਖਾਂ ਵਿੱਚ ਉਸ ਛਲ ਦੇ ਛਿੱਟੇ ਮਾਰੋਂਗੇ ਉਹਦੀ ਨਿਗਾਹ ਵਾਪਸ ਆ ਜਾਏਗੀ। ਵਾਹਿਗੁਰੂ 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 ਵਾਹਿਗੁਰੂ। ਹੇ ਵਾਹਿਗੁਰੂ, ਤੇਰੇ ਨਾਮ ਦੀ ਦਵਾਈ ਨਾਲ ਹੀ ਮੇਰੀਆਂ ਅੱਖਾਂ ਦੀ ਉਹ ਰੋਸ਼ਨੀ ਵਾਪਸ ਆ ਗਈ ਹੈ ਜੋ ਦੁਨੀਆ ਭਰ ਦੇ ਵੱਡੇ ਵੱਡੇ ਡਾਕਟਰਾਂ ਦੀ ਸਮਝ ਤੋਂ ਪਰੇ ਸੀ। ਤੂੰ ਧੰਨ ਹੈ। ਗੁਰਬਾਣੀ ਨਾਲ ਇਹ ਹੋਇਆ ਕਿ ਮੇਰੀਆਂ ਅੱਖਾਂ ਦੀ ਰੋਸ਼ਨੀ ਵਾਪਸ ਆਈ, ਮੈਂ ਤੁਹਾਡੇ ਸਾਹਮਣੇ ਪ੍ਰਤੱਖ ਬੈਠਾ ਹੈਗਾ। ਗੁਰਬਾਣੀ ਜਿਹੜੀ ਹੈ ਉਹ ਤੁਹਾਡਾ ਸਾਰਾ ਕੁਛ ਠੀਕ ਕਰ ਸਕਦੀ ਹੈ।